ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਨਦਰ ਮੇਰ ਦੀ ਕਰੋ ਕਰਤਾਰ ਸਾਈ, ਨਕਲੀ ਗੁਰੂ ਬਣ ਸਾਧ ਪਖੰਡੀ
चासे आओ मिलके गुरु ग्रंथ नहीं जे मिलके गुरु ग्रंथ नहीं जे विछड़न दा एहसास बेगमपुरा है मीराज ये हो जे पंथ दी कयाज बेगमपुरा है मीराज ये हो जे पंथ दी कयाज उसनू कोई हरा नहीं सकता भई जिसने गुरु खलो जे हर एक दिल नू मिलू शांति जे सारे एक हो गए उसनू कोई हरा नहीं सकता जिसने गुरु खलो जे हर एक दिल नू मिलू शांति जे सारे एक हो गए जात परम सब वहम छड के जात परम सब वहम छड के कर दो एक आवाज बेगमपुरा हल मीराज जे हो जे पंथ दी एक आवाज बेगमपुरा हल मीराज जे हो जे पंथ दी एक आवाज ओ बेनतियां गुरदासपुरी दियां सतगुरु करो कबूर रणजोत सिंह रियाड़ तो होगी गलती विच कोई भूल आहो बेनतियां गुरदासपुरी दियां सतगुरु करो कबूर रणजोत सिंह रियाड़ तो होगी गलती विच कोई भूल आहो परमपाल मिल विच फिर जनो परमपाल मिल विच फिर जनो सब नु करे आदार बेगमपुरा हल मीराज जे हो जे पंथ दी एक आवाज बेगमपुरा हल मीराज जे हो जे पंथ दी एक आवाज बोले Bye.
ਵਸਿਆ ਕਿਰਪਾ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਦੌਲਤ ਕਤੋਂ ਨਾਈ ਸਾਚੇ ਸਾਹਿਬ ਸਿਉਂ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਾਧੂ ਜੀ ਤੇਰੇ ਦਇਆਲਾ ਆਪਣੇ ਭਗਤ ਕਰੈ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਨ ਅਚਰਜ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਗੁਰਮਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੀ ਹੋਵੇ ਬਾਕੀ ਸੰਗਤ ਸਾਹਿਬ ਗੁਰੂ ਨਾਨਕ ਜੀ ਦੇ ਦਰਬਾਰ ਦੇ ਅੰਦਰ ਆਪ ਸਭ ਦਾ ਸਤਿਕਾਰ ਕੀਤਾ ਜਾਂਦਾ ਹੈ। ਪ੍ਰੇਮ ਸ਼ਰਧਾ ਜਨ ਸਾਹਿਬ ਨੂੰ ਜੀਆ ਆਖਿਆ ਜਾਂਦਾ ਹੈ। ਰਾਗੀ ਸਿੰਘਾਂ ਨੇ ਬਹੁਤ ਹੀ ਆਨੰਦ ਦਾ ਕੀਰਤਨ ਕੀਤਾ। ਉਹਨਾਂ ਦੇ ਮਗਰ ਹੀ ਦੋ ਲਾਈਨਾਂ ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਬਾਰੇ ਮਿੱਟੀ ਧੁੱਦ ਦੇ ਚਾਨਣਾ ਜੱਗ ਹੋਇਆ ਨਵੇਂ ਯੁੱਗ ਦੀ ਨਵੀਂ ਪ੍ਰਭਾਤ ਹੋਈ ਤੇਰੀ ਰਵਾਬ ਵਾਜ ਤੇਰੀ ਰਵਾਬ ਜਾਂ ਕਈ ਕੰਨੀ ਲੱਖਾਂ ਸਬੜ ਗਏ ਠੋਕਰਾਂ ਖਾਣ ਵਾਲੇ ਤੇਰੇ ਦਰਸ਼ਨ ਕਰਕੇ ਅਸੀਂ ਮੋਹ ਹੋ ਗਏ ਦਿਲ ਪਰਬਤਾਂ ਨਾਲ ਟਕਰਾਉਣ ਵਾਲੇ ਲਾਲੋ ਵਰਗਿਆਂ ਦੇ ਸੁੱਤੇ ਭਾਗ ਜਾ ਕੇ ਭਾਗੋ ਵਰਗਿਆਂ ਦੀ ਬਾਜੀ ਮਾਤ ਹੋਈ ਕੌਡੇ ਵਰਗਿਆਂ ਦੇ ਬਦਲ ਗਏ ਸੁਭਾਅ ਦੇਖੇ ਕਰਾਂ ਮਾਂ ਤੇ ਨਿਰਮਲ ਆਤਮਾ ਹੋਈ ਨਾ ਰੱਬ ਦੇ ਵਿੱਚ ਦੇ ਭੇਦ ਕੋਈ ਨਿਰੰਕਾਰ ਦਾ ਰੂਪ ਹੈ ਤੂੰ ਸਤਿਗੁਰ ਤੇਰੀ ਬਾਣੀ ਦੇ ਜਗ ਨੂੰ ਤਾਰ ਹੋਈ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਵਿੱਚ ਬਹੁਤ ਮਹਾਨ ਨਿਰਸ਼ ਆਇਆ ਹੈ। ਰਾਗੀ ਸਿੰਘਾਂ ਨੇ ਆਤਮਨਾਥ ਦਾ ਕੀਰਤਨ ਕੀਤਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹੋਰ ਧੰਨਵਾਦ ਕਰਨ ਤੋਂ ਪਹਿਲਾਂ ਭਾਈ ਸਾਹਿਬ ਨੇ ਸਨਮਾਨ ਕਰਨਾ ਹੈ ਚਰਨਜੀਤ ਸਿੰਘ ਬਾਹਰ ਦੇ ਸਰਵਣ ਸਿੰਘ ਸੀਨੀਅਰ ਬੰਦੇ ਨਹੀਂ ਪਹੁੰਚ ਸਕੇ ਇਸ ਕਰਕੇ ਅਟਵਾਲ ਸਾਹਿਬ ਨੂੰ ਅਤੇ ਬਲਦੇਵ ਸਿੰਘ ਸ਼ੇਰਗਿੱਲ ਉਹਨਾਂ ਨੂੰ ਬੇਨਤੀ ਕਰਦੇ ਕਿਹਾ ਕਿ ਸਰਟੀਫਿਕੇਟ ਸਨਮਾਨ ਦਾ ਇਹਨਾਂ ਤੋਂ ਲੈਣ ਜੀ ਪਿੰਦਰਪਾਲ ਸਿੰਘ ਤੋਂ ਆਓ ਇੱਥੇ ਮੋਹਰੇ ਆ ਦੋ ਜਿਹੜੇ ਆਇਓ ਬਲਦੇਵ ਸਿੰਘ ਜੀ ਆ ਅਤੇ ਨਾਲ ਸਾਡੇ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਇਹ ਵੀ ਖੜੇ ਹੋਣਗੇ ਅਮਰਪਾਲ ਸਿੰਘ ਜੀ ਆ ਰਹੇ ਹਨ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦਾ ਧੰਨਵਾਦ ਹੈ। ਪ੍ਰਸ਼ਾਦ ਲੈ ਕੇ ਦੋ ਮਿੰਟ ਲਈ ਆਪ ਕੋਲ ਬੈਠੇ ਰਹਿਣਾ ਵੀਰ ਜੀ ਨੇ ਹੁਕਮ ਕੀਤਾ ਸੀ। ਅਸੀਂ ਬੇਨਤੀ ਕੀਤੀ ਸੀ ਇੱਕ ਵੀਡੀਓ ਜੋ ਕਿ ਜੀ ਬਣਾਉਣੀ ਹੈ ਉਸ ਤੋਂ ਪਹਿਲਾਂ ਮੈਂ ਕਮੇਟੀ ਦੇ ਵੀਰਾਂ ਨੂੰ ਜਿਹੜਾ ਸਨਮਾਨ ਕਰਨਾ ਔਰ ਆਪਣੇ ਵੀਰਾਂ ਨੂੰ ਵੀਰ ਅਵਤਾਰ ਸਿੰਘ ਜੀ ਰਣਜੋਤ ਸਿੰਘ ਜੀ ਪਰਵਿੰਦਰ ਸਿੰਘ ਜੀ ਸ਼ਿੰਦਰ ਸਿੰਘ ਜੀ ਸਾਰੇ ਆਪ ਵੀਰਾਂ ਨੂੰ ਸਨਮਾਨਿਤ ਕਰਨ ਕਮੇਟੀ ਦੇ ਮੈਂਬਰਾਂ ਨੂੰ ਆਓ ਵੀਰ ਜੀ ਤੇਜਵਿੰਦਰ ਸਿੰਘ ਜੀ ਆਪ ਜੀ ਆ ਜਾਓ ਆਪਾਂ ਵੀਰਾਂ ਨੂੰ ਸਨਮਾਨਿਤ ਕਰਦੇ ਠੀਕ ਪੰਜ 100 ਜਿਹੜੀ ਸੈਂਟਰਲ ਕੈਲੀਫੋਰਨੀਆ ਆਮ ਸੰਗਤ ਦਾ ਮਿਸ਼ਨ ਹੈ ਜਿਹਦਾ ਕੋਈ ਵੀ ਲੀਡਰ ਨਹੀਂ ਆਮ ਸੰਗਤ ਹੀ ਲੀਡਰ ਹੈ ਆਮ ਸੰਗਤ ਹੀ ਜਾਂ ਗੁਰੂ ਸਾਹਿਬ ਮਾਲਕ ਨਹੀਂ ਸੰਗਤ ਮਾਲਕ ਹੈ ਆਪਾਂ ਸੇਵਾ ਕਰਨ ਲੱਗੇ ਹੋਏ ਹਾਂ ਗੁਰੂ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ
ये जरा है पूरे सिखान सर्वाधिक भले ही निशान कर होने का बल देने की जी जी आओ जी इधर आ जाओ What?